लो जी अज अपना फाइनली BM 800 आ गया WR 800 कंसिडर माइक्रोफोन ब्लू कलर का तो ये टोटली यदि कॉस्ट 1200 समथिंग कुछ 1100 तो प्लस है तो अपना फर्स्ट माइक्रोफोन एमेजॉन तो ऑर्डर किया अच्छा अपना ऑर्डर आ गया ओपन करते हैं कि सारा रिव्यू देवे थोड़ा अगली वीडियो ਓਪਨ ਆਈ ਆਪਣਾ ਲਓ ਜੀ ਤੁਹਾਡੇ ਸਾਹਮਣੇ ਪਿਆ ਸੋ ਆਹ ਕਨੈਕਟਰ ਆਈ ਜਿਹਦੇ ਵਿੱਚ ਆਪਾਂ ਮਾਈਕ ਜਿਵੇਂ ਆਪਣੇ ਸਪੀਕਰਸ ਵਗੈਰਾ ਦੀ ਕੇਬਲ ਆ ਸਕਦੇ ਆ USB ਦੇ ਅਕੋਰਡਿੰਗ ਸੋ ਇਹਦੇ ਨਾਲ ਜੀ ਇੱਕ ਤਾਂ ਆਪਣੀ ਇਹਨਾਂ ਦੀ ਗਾਈਡਲਾਈਨ ਵਾਲੀ ਬੁੱਕ ਪਈ ਆ ਐਂਡ ਆਪਾਂ ਨੂੰ ਮਿਲ ਜਾਂਦਾ ਵਾ ਇੰਸਟਰਕਸ਼ਨਸ ਕੇਬਲ ਆਈ ਅਤੇ ਵਧੀਆ ਕੇਬਲ ਆ ਆਈ ਥਿੰਕ ਹੋਊਗੀ ਮੀਟਰ ਦੀ ਅਤੇ ਨਾਲ ਆ ਗਿਆ ਜੀ ਆਪਣਾ ਸਟੈਂਡ ਦੇ ਉੱਪਰ ਲਾਉਣ ਨੂੰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸ਼ੋਪ ਮਾਊਥ ਸਮਥਿੰਗ ਐਂਡ ਸਾਰੀ ਪੈਕਿੰਗ ਆਈ ਮਾਈਕਰੋਫੋਨ ਦੀ ਅਤੇ ਵਿਊ ਕਲਰ ਆਈ ਸੋ ਓਪਨ ਕਰਦੇ ਆਪਾਂ ਇਹਨੂੰ ਜਮਾ ਲਾਈਕ ਜਿਵੇਂ BM 800 WR ਵਾਲਿਆਂ ਦਾ ਸੋ ਦੇਖੋ ਜੀ ਲੁੱਕ ਤਾਂ ਬਹੁਤ ਵਧੀਆ ਮਾਈਕਰੋਫੋਨ ਦੀ ਕੁਆਲਿਟੀ ਤੁਹਾਨੂੰ ਦਿਖਾਵਾਂਗੇ ਸਾਰਾ ਰਿਵਿਊ ਇਹ 1100 ਸਮਥਿੰਗ ਦਾ ਸੋ ਬਿਗਨਰ ਵਾਸਤੇ ਬਹੁਤ ਵਧੀਆ ਮੈਂ ਤਾਂ ਆਪ ਸਟਾਰਟਿੰਗ ਹੀ ਕਰੀ ਆ ਦੇਖਦੇ ਹਾਂ ਅੱਗੇ ਹੌਲੀ ਹੌਲੀ ਜਿਵੇਂ ਇੰਪਰੂਵਮੈਂਟ ਹੁੰਦੀ ਆ ਆਪਣੇ ਮਿਊਜ਼ਿਕ ਲਾਈਨ ਦੇ ਵਿੱਚ ਅੱਗੇ ਕਰਾਂਗੇ ਪਰਚੇਜ ਵਧੀਆ ਆਡੀਓ ਇੰਟਰਫੇਸ ਆਪਾਂ ਲਾਉਣਾ ਜੀ ਫੋਕਸ ਰਾਈਟ ਸੋਲੋ ਫੋਕਸ ਰਾਈਟ ਅਤੇ ਇਹਦੇ ਨਾਲ ਆਪਾਂ ਕਨੈਕਟ ਕਰਾਂਗੇ ਵਧੀਆ ਕੁਆਲਿਟੀ ਦਾ ਲੱਗਦਾ ਉਹਦੇ ਵਿੱਚ ਇੱਕ ਆਪਣੀ ਜਿਹੜੀ ਉਹ ਲਾਈਕ ਮੈਕ ਦੇ ਉੱਪਰ ਲਾਉਣ ਨੂੰ ਥੋੜ੍ਹਾ ਜਿਹਾ ਇਹਦੇ ਨਾਲ ਜਿਵੇਂ ਥਾਥ ਪਾਪ ਇੱਦਾਂ ਦੇ ਕੋਈ ਕਈ ਵਰਡ ਹੁੰਦੇ ਆ ਸੋ ਨਹੀਂ ਕਈ ਵਾਰ ਉਹ ਸਿੱਧੇ ਰਿਕਾਰਡ ਹੁੰਦੇ ਆ ਮਤਲਬ ਕਾਫੀ ਲਾਊਡ ਦੀ ਸਾਊਂਡ ਕਰਦੇ ਸੋ ਇਹ ਚੀਜ਼ ਜ਼ਰੂਰੀ ਆ ਜਾਂ ਪੋਪ ਫਿਲਟਰ ਹੋਵੇ ਜਾਂ ਲਾਈਕ ਮਾਈਕ ਦੇ ਉੱਪਰ ਚੜਾਉਣ ਹੋਵੇ ਹੈ ਨਾ ਅਸਲ 'ਚ ਮੈਨੂੰ ਪਤਾ ਨਹੀਂ ਇਹਨੂੰ ਕੀ ਕਹਿੰਦੇ ਆ ਨੇਮ ਕੀ ਆ ਸੋ ਖੁਦ ਨੂੰ ਐਗਜੈਕਟ ਉੱਦਾਂ ਯਾਦ ਬਣਾ ਲਈ ਹੋਵੇ ਪਰ ਮੈਨੂੰ ਹੁਣ ਨਹੀਂ ਪਤਾ ਸੋ ਨਾਲ ਆਪਾਂ ਨੂੰ ਇਹਦੇ ਮਿਲਿਆ 1100 ਦੇ ਵਿੱਚ ਮਾਈਕ ਸ਼ੌਪ ਮਾਊਥ ਸਟੈਂਡ 'ਤੇ ਲਾਉਣ ਨੂੰ ਕੇਬਲ ਰਾਈਟ ਐਂਡ ਆ ਕੰਸਟਰਕਸ਼ਨ ਔਰ ਜਿਹਦੇ ਉੱਤੇ ਮਤਲਬ ਐਡਰੈਸ ਵਗੈਰਾ ਲਿਖਿਆ ਹੋਇਆ ਅਤੇ ਆ ਗਈ ਗਾਈਡਲਾਈਨ ਵਾਲੀ ਕਾਪੀ ਤਿੰਨ ਕਲਰ ਆਉਂਦੇ ਆ ਇਹਦੇ ਵਿੱਚ ਵਾਈਟ ਆ ਬਲੂ ਅਤੇ ਬਲੈਕ ਆ ਨਾਲ ਫਰੀ ਆ ਜੀ ਸਾਰੀਆਂ ਚੀਜ਼ਾਂ ਆ ਲਿਖਿਆ ਹੋਇਆ ਇਹਦੇ ਉੱਪਰ ਇਹ ਹੈਗੇ ਇੱਕ ਵਿੰਡ ਕਰੈਪ ਵਿੰਡ ਕੋਪ ਉਹਨਾਂ ਨੂੰ ਵਿੰਡ ਕੋਪ ਕਹਿੰਦੇ ਆ XLR ਕੇਬਲ ਅਤੇ ਸ਼ੌਪ ਮਾਊਥ ਆ ਗਿਆ ਜਿਹੜਾ ਮੈਂ ਤੁਹਾਨੂੰ ਦੱਸਿਆ ਅਤੇ ਇੱਕ ਕਨੈਕਟਰ ਆ ਗਿਆ USB ਕਨੈਕਟਰ ਜਿਹਦੇ ਨਾਲ ਆਪਾਂ ਮਾਈਕ ਲਾ ਸਕਦੇ ਹਾਂ ਵਿੱਚ ਪਲੱਸ ਅਤੇ ਹੈੱਡਫੋਨ ਵੀ ਲਗਾ ਸਕਦੇ ਤੁਸੀਂ ਸਪੀਕਰ ਦੇ ਸਾਰੇ ਸਪੀਕਰਸ ਵੀ ਲਾ ਸਕਦੇ ਹਾਂ ਆਪਣੇ ਕੇਬਲ ਇਹ ਨਾਲ ਆਇਆ ਜੀ ਆਪਣੇ 1100 ਦੇ ਵਿੱਚ ਆ ਫੁੱਲ ਇਹਦੇ ਪੈਕਿੰਗ